ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੁਝ ਚੀਜ਼ਾਂ ਜਾਣੇ ਅਣਜਾਣੇ ਦੇ ਵਿੱਚ ਵਾਇਰਲ ਹੋ ਜਾਂਦੀਆਂ ਨੇ ਪਤਾ ਨਹੀਂ ਉਹਨਾਂ ਨੂੰ ਜਾਣ ਕੇ ਵਾਇਰਲ ਕਰ ਦਿੱਤਾ ਜਾਂਦਾ ਹੈ ਭਗਵੰਤ ਮਾਨ ਵਰਸਸ ਅੰਮ੍ਰਿਤਪਾਲ ਜੀ ਹਾਂ ਗੱਲ ਕਰਨ ਦਾ ਵੈਸੇ ਵਿਸ਼ਾ ਜਿਹੜਾ ਹੈ ਉਹ ਨਹੀਂ ਹੈ ਪਰ ਫਿਰ ਵੀ ਆਪਾਂ ਕੁਝ ਚੀਜ਼ਾਂ ਜਿਹੜੀਆਂ ਨੇ ਸਾਂਝੀਆਂ ਕਰਨੀਆਂ ਨੇ ਕਿਉਂਕਿ ਇੱਕ ਵਿਸ਼ਾ ਹੀ ਇਹੋ ਜਿਹਾ ਬਣ ਕੇ ਆਇਆ ਹੈ ਕਿਉਂਕਿ ਜੇ ਭਗਵੰਤ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਅਮਰਿਤਪਾਲ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਅਮਰਿਤਪਾਲ ਸਿੰਘ ਜਿਸਤੇ ਐਨਐਸਏ ਲਗਾਇਆ ਗਿਆ ਡਿਬਰੂਗੜ ਜੇਲ੍ਹ ਵਿੱਚ ਨੂੰ ਭੇਜ ਦਿੱਤਾ ਗਿਆ ਤੇ ਕਈ ਜਥੇਬੰਦੀਆਂ ਇਸ ਗੱਲੋਂ ਨਾਰਾਜ਼ ਨੇ ਕਿ ਐਨਐਸਏ ਲਾਉਣ ਦਾ ਕੋਈ ਕਾਰਨ ਨਹੀਂ ਸੀ ਹਾਲਾਂਕਿ ਅਜਨਾਲਾ ਘਟਨਾ ਤੇ ਸਜ਼ਾ ਦਿੱਤੀ ਜਾ ਸਕਦੀ ਸੀ ਅਜਨਾਲਾ ਘਟਨਾ ਦੇ ਉੱਤੇ ਸੁਣਵਾਈ ਹੋ ਸਕਦੀ ਸੀ ਪਰ NSA ਲਾਉਣ ਦਾ ਤੇ ਕੋਈ ਕਾਰਨ ਹੀ ਨਹੀਂ ਸੀ NSA ਕਿਉਂ ਲਗਾਇਆ ਗਿਆ NSA ਦਾ ਕਾਰਨ ਜ਼ਰੂਰ ਦੱਸਿਆ ਜਾਵੇ ਹਾਲਾਂਕਿ ਕੋਈ ਦੇਸ਼ ਵਿਰੋਧੀ ਗਤੀਵਿਧੀ ਕੋਈ ਅਜਿਹੇ ਚੀਜ਼ਾਂ ਜੜੀਆਂ ਨੇ ਉਹ ਸਾਹਮਣੇ ਨਹੀਂ ਆਈਆਂ ਕੋਈ ਅਜਿਹੀ ਚੀਜ਼ ਨਹੀਂ ਮਿਲੀ ਜਿਸ ਕਾਰਨ ਆਪਾਂ ਖੁੱਲ ਕੇ ਕੋਈ ਚੀਜ਼ਾਂ ਬਿਆਨ ਕਰ ਸਕੀਏ ਕੋਈ ਚੀਜ਼ਾਂ ਕਹਿ ਸਕੀਏ ਕੋਈ ਇਹੋ ਜੀ ਚੀਜ਼ ਨਹੀਂ ਮਿਲੀ ਪਰ NSA ਕਿਉਂ ਭਗਵੰਤ ਮਾਨ ਜਿਹੜੇ ਨੇ ਉਹ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਉਹ ਆਪਣੇ ਆਪ ਨੂੰ ਦੇਸ਼ ਦਾ ਨਾਗਰਿਕ ਨਹੀਂ ਸੀ ਮੰਨਦਾ ਪਾਸਪੋਰਟ ਨੂੰ ਆਪਣਾ ਨਹੀਂ ਸੀ ਮੰਨਦਾ ਔਰ ਦੇਸ਼ ਵਿਰੋਧੀ ਗਤੀਵਿਧੀਆਂ ਦੇ ਨਾਲ ਸ਼ਾਮਲ ਸੀ ਹੁਣ ਜੱਥੇ ਬੰਦੀਆਂ ਨੇ ਸਵਾਲ ਪੁੱਛਿਆ ਕਿ ਜੇ ਉਹ ਸ਼ਾਮਲ ਸੀ ਤਾਂ ਕੋਈ ਸਬੂਤਤਾ ਦਿਓ ਹਾਈ ਕੋਰਟ ਦੇ ਵਿੱਚ ਵੀ ਸਬੂਤ ਹੀ ਮੰਗਿਆ ਗਿਆ ਉਹਨਾਂ ਨੇ ਸਵਾਲ ਕੀਤਾ ਕਿ ਦੱਸੋ ਕਿੱਥੇ ਕੇਸ ਕਿਸ ਚੀਜ਼ ਦੇ ਨਾਲ ਰਿਲੇਟਡ ਸੀ ਕੀ ਕਾਰਨ ਰਹੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਲਗਭਗ ਸਾਹਮਣੇ ਆਈਆਂ ਸੋ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਚਲੋ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਉਹਨਾਂ ਦੇ ਪਰਿਵਾਰ ਦੇ ਨਾਲ ਨਰਮੀ ਵਰਤਣੀ ਚਾਹੀਦੀ ਹੈ। ਉਹਨਾਂ ਦੇ ਪਰਿਵਾਰ ਨੂੰ ਕਦੇ ਦਿੱਲੀ ਤੋਂ ਪਰੇ ਰੋਕ ਲਿਆ ਜਾਂਦਾ ਹੈ, ਉਹਨਾਂ ਤੋਂ ਕੁਝ-ਕਿਝ ਕੀਤੀ ਜਾਂਦੀ ਹੈ, ਉਹਨਾਂ ਨੂੰ ਕਦੇ 에ਰਪੋਰਟ ਤੇ ਖੱਜਲ-ਖੁਆਰ ਕੀਤਾ ਜਾਂਦਾ ਹੈ, ਬਾਹਰ ਤੱਕ ਨਹੀਂ ਜਾਣ ਦਿੱਤਾ ਜਾਂਦਾ ਹੈ, ਕਦੇ ਉਹਨਾਂ ਤੇ ਸੀਆਈਡੀ ਛੱਡੀ ਜਾਂਦੀ ਹੈ, ਨਿਗਰਾਨੀ ਰੱਖੀ ਜਾਂਦੀ ਹੈ। ਉਹਨਾਂ ਨੂੰ ਇਹ ਅਹਿਸਾਸ ਨਾ ਨਾ ਕਰਾਇਆ ਜਾਵੇ ਕਿ ਉਹ ਇਸ ਦੇਸ਼ ਦੇ ਵਾਸੀ ਨਹੀਂ। ਉਹਨਾਂ ਨੂੰ ਇਹ ਅਹਿਸਾਸ ਨਾ ਨਾ ਕਰਾਇਆ ਜਾਵੇ ਜਿਵੇਂ ਉਹ ਇਸ ਦੇਸ਼ ਦੇ ਹਾਈ ਨਹੀਂ ਵਸਿੰਦੇ ਹੀ ਨਹੀਂ ਉਹ ਇਸ ਦੇਸ਼ ਤੋਂ ਲੱਗ ਨੇ ਇਸ ਦੇਸ਼ ਤੋਂ ਉਹ ਪਰੇ ਨੇ ਇਹ ਚੀਜ਼ ਦਾ ਅਹਿਸਾਸ ਨਾ ਉਹਨਾਂ ਨੂੰ ਕਰਾਇਆ ਜਾਵੇ ਉਹਨਾਂ ਨੂੰ ਇਹ ਅਹਿਸਾਸ ਨਹੀਂ ਨਾ ਕਰਾਉਣਾ ਚਾਹੀਦਾ ਜਿਵੇਂ ਉਹ ਇਸ ਦੇਸ਼ ਦੇ ਵਸਿੰਦੇ ਹੀ ਨਾ ਹੋਣ ਤੋ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਪੰਜਾਬ ਸਰਕਾਰ ਜਿਹੜੀ ਐ ਕੁਝ ਨਰਮਾਈ ਵਰਤੇ ਜਿਸ ਬੰਦੇ ਨਾਲ ਸਾਡਾ ਰੌਲਾ ਸੀ ਉਹ ਬੰਦੇ ਨੂੰ ਤਾਂ ਅਸੀਂ ਜੇਲ੍ਹ ਭੇਜ ਦਿੱਤਾ ਉਹ ਬੰਦੇ ਤੇ ਅਸੀਂ ਕੇਸ ਵੀ ਦਰਜ ਕਰ ਦਿੱਤਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨੂੰ ਭੇਜ ਦਿੱਤਾ ਉਹਦੇ ਸਾਥੀਆਂ ਨੂੰ ਭੇਜ ਦਿੱਤਾ ਅਸੀਂ ਹੋਰ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਕਰਦੇ ਸੱਚ ਤਾਂ ਹੋਰ ਬੰਦੀ ਬਣਾਤੇ ਚਲੋ ਠੀਕ ਐ ਬੰਦੇ ਤੋਂ ਗਲਤੀ ਹੋ ਜਾਂਦੀ ਐ ਕੋਈ ਗਲਤੀਆਂ ਹੋ ਗਈਆਂ ਪਰ ਸਦਾ ਵਾਸਤੇ ਉਹਨੂੰ terrorist ਸਮਝੀ ਜਾਣਾ ਦੇਸ਼ ਦਾ ਵਿਰੋਧੀ ਸਮਝੀ ਜਾਣਾ ਦੇਸ਼ ਵਿਰੋਧੀ ਸਮਝੀ ਜਾਣਾ ਇਹ ਗੱਲ ਸਹੀ ਨਹੀਂ ਨਾ ਹੈਗੀ ਉਹਨੂੰ ਇੱਕ ਮੌਕਾ ਤੇ ਜ਼ਰੂਰ ਦੇਣਾ ਚਾਹੀਦਾ ਅਮਰਿਤਪਾਲ ਸਿੰਘ ਨੂੰ ਬੰਦ ਕਰਕੇ ਕੀ ਅਸੀਂ ਸਾਬਤ ਕਰਤਾ ਅਸੀਂ ਤੇ ਸਗੋਂ ਦੀ ਉਪਮਾ ਹੋਰ ਵੱਧਦੀ ਦੇਖ ਰਹੇ ਹਾਂ ਅਸੀਂ ਤੇ ਦੇਖ ਰਹੇ ਹਾਂ ਕਿ ਉਹ ਹੋਰ ਜ਼ਿਆਦਾ ਪਰਫੁੱਲਤ ਹੋ ਗਿਆ ਹੋਰ ਜ਼ਿਆਦਾ ਉਹਦੀ ਮਹਿਮਾ ਹੋ ਗਈ ਮਹਿਮਾ ਗਾਉਣ ਲੱਗ ਪਏ ਲੋਕ ਕੀ ਖਟਿਆ ਸੀ ਇਸ ਕਰਕੇ ਕੁਝ ਚੀਜ਼ਾਂ ਜਿਹੜੀਆਂ ਨੇ ਨਰਮਾਈ ਨਾਲ ਵਰਤਣ ਵਾਲੀਆਂ ਨੇ ਸੋ ਅਮਰਿਤਪਾਲ ਸਿੰਘ ਦੇ ਮਾਪਿਆਂ ਨੂੰ ਆਪਣਾ ਸਮਝਣਾ ਚਾਹੀਦਾ ਹੈ ਆਪਣਾ ਪਰਿਵਾਰਕ ਮੈਂਬਰਾਂ ਮੈਂਬਰ ਸਮਝਣਾ ਚਾਹੀਦਾ ਹੈ ਆਪਣੇ ਦੇਸ਼ ਦਾ ਵਸ਼ਿੰਦਾ ਸਮਝਣਾ ਚਾਹੀਦਾ ਹੈ ਉਹਨਾਂ ਨਾਲ ਕੋਈ ਵੀ ਐਸੀ ਗੱਲਬਾਤ ਨਹੀਂ ਹੋਣੀ ਚਾਹੀਦੀ ਜੋ ਆਪਾਂ ਉਹਨਾਂ ਨੂੰ ਅਹਿਸਾਸ ਕਰਾਈਏ ਕਿ ਉਹ ਇਸ ਦੇਸ਼ ਦੇ ਨਹੀਂ ਨੇ ਪਰਵਾਰਿਕ ਮੈਂਬਰਾਂ ਵਾਲਾ ਫੀਲ ਕਰਾਈਏ ਠੀਕ ਆ ਉਹਨਾਂ ਦੇ ਬੱਚੇ ਤੋਂ ਪੁੱਤ ਤੋਂ ਗਲਤੀ ਹੋਈ ਹੈ ਤੇ ਉਹਨੂੰ ਆਪਾਂ ਸਜ਼ਾ ਦੇ ਚੁੱਕੇ ਆਲਰੇਡੀ ਪਰ ਉਹਨਾਂ ਦੇ ਪਰਿਵਾਰ ਨਾਲ ਅਜਿਹਾ سلوਕ ਨਹੀਂ ਸਾਨੂੰ ਕਰਨਾ ਚਾਹੀਦਾ ਸੋ ਪੰਜਾਬ ਸਰਕਾਰ ਇਸ ਵਿਸ਼ੇ ਤੇ ਜ਼ਰੂਰ ਧਿਆਨ ਦੇਵੇ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੂੰ ਜ਼ਰੂਰ ਜਿਹੜਾ ਹੈ ਉਹ ਨਰਮ ਨਜ਼ਰੀਏ ਦੇ ਨਾਲ ਵੇਖਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ